ਸਿੱਧੂ ਦੀ ਸ਼ਿਕਾਇਤ ਤੇ ਸੁਣਵਾਈ ਹੋਈ ਤੇ ਮਾਨ ਸਰਕਾਰ ਨੂੰ ਹੋਇਆ ਹੈ ਨੋਟਿਸ। ਨਵਜੋਤ ਸਿੰਘ ਸਿੱਧੂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਪਟੀਸ਼ਨ ਪਾਈ ਸੀ ਜਿਸ ਤੇ ਅੱਜ ਸੁਣਵਾਈ ਹੋਈ ਹੈ। ਨਜਾਇਜ਼ ਮਾਈਨਿੰਗ ਦਾ ਇਹ ਮਾਮਲਾ ਹੈ। ਸਿੱਧੂ ਮੁਤਾਬਕ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਮੈਂ ਦਿੱਲੀ ਦੇ ਵਿੱਚ ਮੌਜੂਦ ਸੀ, ਮੇਰੇ ਵਕੀਲਾਂ ਸੀਨੀਅਰ ਐਡਵੋਕੇਟ ਕੇਸੀ ਮਿੱਤਲ ਅਤੇ ਐਡਵੋਕੇਟ ਅਭਿਮਨਿਊ ਵਾਲੀਆ ਅਤੇ ਹੋਰ ਗਵਾਹਾਂ ਦੇ ਨਾਲ ਅਸੀਂ ਮਾਨਯੋਗ ਅਦਾਲਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਾਹਮਣੇ ਪੇਸ਼ ਹੋਏ। ਮਾਨਯੋਗ ਅਦਾਲਤ ਵੱਲੋਂ ਪੰਜਾਬ ਸਰਕਾਰ ਅਤੇ ਸਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ। दरअसल नवजोत सिंह सिद्धू ने नजायज माइनिंग मामले च मान सरकार नाल आडा लाया हुआ है। आज नवजोत सिंह सिद्धू की पटीशन ते सुनवाई हुई ते सरकार नु नोटिस हो गया। रोपड़ दे विच हो रही नजायज माइनिंग दा इल्जाम लग रहा है मान सरकार ते अते इसे दे बाबत कांग्रेस दे सीनियर लीडर नवजोत सिंह सिद्धू ने पंजाब सरकार खिलाफ मोर्चा खोलिया हुआ है। केस दे विच सिद्धू ने सरकार नु पार्टी बनाया हुआ है, जदों की रोपड़ नजायज माइनिंग मामले दे विच ता पंजाब अते हरियाणा हाई कोर्ट भी सख्ती दिखा चुके ने।